ਪੰਜਾਬੀ ਸੜਕ ਹਾਦਸਿਆਂ ਵਿੱਚ ਹਜ਼ਾਰਾਂ ਕੀਮਤੀ ਜਾਨਾਂ ਅਜਾਈ ਜਾਂਦੀਆਂ ਨੇ, ਜਿਸ ਦੇ ਅੰਕੜੇ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਰਾਸ਼ਟਰੀ ਸੜਕ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਕਮਲਜੀਤ ਸੋਈ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਆਖਿਆ ਕਿ ਪਿਛਲੇ 10 ਵਰ੍ਹਿਆਂ ਦੌਰਾਨ ਤਕਰੀਬਨ 40,000 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਇਕੱਲੇ ਲੁਧਿਆਣਾ ਵਿੱਚ ਪਿਛਲੇ ਵਰ੍ਹੇ ਦੌਰਾਨ 384 ਲੋਕ ਸੜਕ ਦੁਰਘਟਨਾਵਾਂ ਵਿੱਚ ਮੌਤ ਦੇ ਘਾਟ ਉਤਰ ਗਏ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਉੱਤੇ ਬ੍ਰੇਕ ਲਗਾਉਣ ਲਈ ਕਮਰਸ਼ੀਅਲ ਵਾਹਨਾਂ ਸਪੀਡ ਲਿਮਟਿਡ ਵਾਇਸ ਲਾਉਣ ਬਾਰੇ ਸਰਵਉੱਚ ਅਦਾਲਤ ਵਿੱਚ ਇੱਕ ਹਲਫ ਮਾਮਲਾ ਦਿੱਤਾ ਗਿਆ ਸੀ, ਪਰ ਅਫਸਰਸ਼ਾਹੀ ਵੱਲੋਂ ਕੋਈ ਖਾਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਪੰਜਾਬ ਮੇ ਪਿਛਲੇ 10 ਸਾਲੋਂ ਮੇ 40,000 ਸੇ ਵੀ ਜ਼ਿਆਦਾ ਲੋਗੋਂ ਨੇ ਸੜਕੋਂ ਪੇ ਦਮ ਤੋੜਾ। ਯੇ ਸੜਕੀ ਆਤੰਕਵਾਦ ਜੋ ਹੈ, ਯੇ ਜੋ ਮੈਨ ਮੇਡ ਆਤੰਕਵਾਦ ਹੈ, ਉਸਸੇ ਵੀ ਖਤਰਨਾਕ ਹੈ। ਔਰ ਯੇ ਹਮਨੇ ਜੋ ਦੇਖਾ ਹੈ ਕਿ ਇਸਕੋ ਸੜਕੀ ਆਤੰਕਵਾਦ ਕੋ ਜੋ ਹਮਾਰੀ ਸਰਕਾਰੇ ਹੈ, ਇਨਕੇ ਕਾਨੋਂ ਪੇ ਕੋਈ ਜੂ ਨਹੀਂ ਰੇਂਗ ਰਹੀ, ਇਨ੍ਹੋਂ ਨੇ ਕੋਈ ਸਟੈਪ ਨਹੀਂ ਲਿਆ। ਚਾਹੇ ਆ ਪਿਛਲੀ ਸਰਕਾਰ ਲੈ ਲੋ, ਜਬ ਨਈ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਕੀ ਆਈ ਥੀ, ਤੋ ਹਮੇ ਇਸੇ ਬੜੀ ਉਮੀਦੇ ਥੀ ਕਿ ਸ਼ਾਇਦ ਯੇ ਸੜਕੀ ਹਾਦਸੋਂ ਕੋ ਕਮ ਕਰਨੇ ਕੇ ਲਿਏ ਸਟੈਪ ਲੇਂਗੇ। ਆਤੇ ਹੀ ਇਨ੍ਹੋਂ ਨੇ ਕੁਛ ਸਟੇਟਮੈਂਟਸ ਵੀ ਦੀ ਕਿ ਹਮ ਯੇ ਕਰਨੇ ਜਾ ਰਹੇ ਹੈਂ, ਵੋ ਕਰਨੇ ਜਾ ਰਹੇ ਹੈਂ। ਲੇਕਿਨ ਆਪ ਦੇਖੀਏ, ਮੈਂ ਆਪਕੋ ਬੜੀ ਇੰਟਰਸਟਿੰਗ ਬਾਤ ਬਤਾਨਾ ਚਾਹਤਾ ਹੂੰ ਕਿ ਏਕ ਜੋ ਸਪੀਡ ਲਿਮਟਿੰਗ ਡਿਵਾਈਸ ਹੈ, ਜਿਸਕੋ ਸਪੀਡ ਗਵਰਨਰ ਕਹਤੇ ਹੈ, ਉਸਕਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਮੇਂ ਐਫੀਡੈਵਿਟ ਦਿਆ ਹੁਆ ਹੈ ਕਿ ਹਮ ਇਸਕੋ ਸਾਰੇ ਕਮਰਸ਼ੀਅਲ ਵਾਹਨੋਂ ਮੇਂ ਲਗਵਾਏਂਗੇ। ਲੇਕਿਨ ਉਸਕੋ ਸੀਐਮ ਸਾਹਿਬ ਕੇ ਕਹਿਣੇ ਕੇ ਬਾਵਜੂਦ, ਮੁਝੇ ਲਗਤਾ ਹੈ ਕਿ ਸੀਐਮ ਸਾਹਿਬ ਕੀ ਜੋ ਅਫਸਰਸ਼ਾਹੀ ਹੈ, ਵੋ ਸ਼ਾਇਦ ਨਹੀਂ ਸੁਣਤੇ ਹੈ। ਅਭੀ ਤੱਕ ਵੋ ਸਪੀਡ ਗਵਰਨਰ ਲਗਵਾਨੇ ਕੇ ਲੀਏ ਨੋਟੀਫਿਕੇਸ਼ਨ ਜਾਰੀ ਨਹੀਂ ਹੁਆ ਹੈ, ਔਰ ਉਸਕੀ ਕੋਈ ਪ੍ਰਕਿਰਿਆ ਨਹੀਂ ਚਾਲੂ ਕੀ ਗਈ।